ਸਾਰਾ ਪਾਨੀਗੜ ਸਾਡੇ ਨਾਲ ਹੈ ਜੀ, ਸਾਡੇ ਪਾਨੀਗੜ ਦੀ ਸਾਈਡ ਦੀ ਲੈਟ ਨਹੀਂ ਹੈਗੀ, ਠੀਕ ਹੈ ਜੀ। ਇਹ ਉਹਨੇ ਧਰਨਾ ਲਾ ਰੱਖਿਆ ਜੀ, ਇਹਨਾਂ ਨੇ ਬੰਦ ਕਰ ਰੱਖੀ ਹੈ। ਇਹਨਾਂ ਦੇ ਇੱਕ ਮਰਿਆ, ਆਪਣੇ 20 ਮਰਨਗੇ। ਕੋਈ ਕਿਸੇ ਦਾ ਬੁੜਾ ਠੇਰਾ ਮਰੂਗਾ, ਕਿਸੇ ਦਾ ਕੋਈ ਜਵਾਕ ਜਲਦਾ ਮਰੂਗਾ। ਇਹ 'ਚ ਗੱਲ ਇਹ ਹੈ ਜੀ, ਠੀਕ ਹੈ ਜੀ, ਸਾਡੇ ਡੰਗਰ ਉੱਤੇ ਹਜੇ ਮਰ ਰਹੇ ਨੇ। ਇਹ 'ਚ ਕੀ ਗੱਲ ਹੈ ਜੀ, ਇਹਨਾਂ ਨੇ ਮਰਿਆ, ਇਹਨਾਂ ਨੇ ਸਾਰੀ ਲਾਈਟ ਕੱਟ ਰੱਖੀ ਹੈ। ਚਾਹੇ ਕੋਈ ਐਸਡੀਓ ਹੈ, ਚਾਹੇ ਕੋਈ ਹੈ, ਬਾਈ ਜੀ ਅਸੀਂ ਤਾਂ ਕਹਿੰਦੇ ਹਾਂ ਵੀ ਸਾਡਾ ਹੀ ਮਰਿਆ, ਉਹ ਇਹਨਾਂ ਨੇ ਨਹੀਂ ਮਰਿਆ, ਸਾਡਾ ਮਰਿਆ। ਪਰ ਕੋਈ ਸਾਰਾ ਵੀ ਇਹਦਾ ਨਹੀਂ, ਇੱਕ ਮਰਿਆ ਤਾਂ 20 ਮਾਰ ਦਈਏ। ਸਾਡਾ ਇਨਸਾਫ ਕਹਦਾ ਬਾਈ, ਜੇ ਇਹਨਾਂ ਇੱਕ ਮਰ ਸਾਡੇ 20 ਮਰ ਗਏ ਫਿਰ ਕੀ ਕਰਾਂਗੇ ਆਪਾਂ, ਕਾਹਦਾ ਇਨਸਾਫ ਹੈ? ਲਾਈਟ ਚਾਲੂ ਕਰਾਉਣ, ਤੁਸੀਂ ਦੇਖੋ ਸਾਡੀ ਲਾਈਟ ਚਾਲੂ ਕਰੋ। ਜਿਹੜੇ ਡਰਾਈਵਰ ਇੱਧਰ ਉੱਧਰ ਦੀ ਜਾਂਦੇ ਨੇ, ਕੋਈ ਐਕਸੀਡੈਂਟ ਹੋ ਗਿਆ ਦੇਣਗੇ? ਕੱਲ੍ਹ ਜਵਾਕ ਥੱਲੇ ਆ ਗਿਆ, ਕਿਸੇ ਗੱਡੀ ਕਰੂਗਾ ਜੀ, ਇਹਨਾਂ ਦੇਊਗਾ ਕੋਈ? ਆਪ ਤਾਂ ਬਾਈ ਪੱਖੇ ਲੈ ਕੇ ਬੈਠੇ, ਅਸੀਂ ਮੰਗ ਕਰੇ ਸਾਡੀ ਸਾਡੀ ਚਾਲੂ ਨੇ, ਪੱਖੇ ਚਾਲੂ ਨੇ ਉਰੇ, ਇਹਨਾਂ ਇਹਨਾਂ ਧਰਨਾ ਚੱਲੇ, ਇਹਨਾਂ ਧਰਨਾ ਚੱਲੇ, ਸਾਨੂੰ ਕੋਈ ਚੱਕਰ ਨਹੀਂ। ਇਹਨਾਂ ਨੂੰ ਕਰੋੜੋਂ ਮਿਲੇ, ਕੁਛ ਮਿਲੇ, ਸ਼ਹੀਦੀ ਦਰਜਾ ਮਿਲੇ, ਸਾਨੂੰ ਕੋਈ ਚੱਕਰ ਨਹੀਂ। ਸਾਨੂੰ ਸਾਡੀ ਲਾਈਟ ਮਿਲੇ, ਸਾਡੇ ਬੱਚਿਆਂ ਨੂੰ ਸ਼ਾਂਤੀ ਮਿਲੇ, ਸਾਡੇ ਬੱਚਿਆਂ ਨੂੰ ਨੀਂਦ ਮਿਲੇ, ਆਹ ਚੀਜ਼ ਆ ਸਾਡਾ। ਇਹਨਾਂ ਕੋਈ ਅਸੀਂ ਨਾਲ ਸ਼ਾਮਿਲ ਹੁੰਦੇ ਹਾਂ, ਪੱਖੇ ਬੰਦ ਕਰਨ ਇਹ ਅਸੀਂ ਨਾਲ ਹੁੰਦੇ ਹਾਂ, ਆ ਪੱਖੇ ਬੰਦ ਕਰਨ ਇਹ ਅਸੀਂ ਨਾਲ ਹੁੰਦੇ ਹਾਂ। ਕੋਈ ਗੱਲ ਨਹੀਂ, ਅਸੀਂ ਜਵਾਕ ਵੀ ਲੈ ਲਿਆਵਾਂਗੇ, ਕੋਈ ਗੱਲ ਨਹੀਂ। ਜੇ ਇਹ ਪੱਖੇ ਚਲਾਉਂਦੇ ਤਾਂ ਅਸੀਂ ਪੱਖੇ ਤੋਂ ਬਿਨਾਂ ਵੀ ਚੱਲ ਲਾਂਗੇ, ਉਹਦੇ ਬੱਚੇ ਨਾਲ ਲਿਆ ਕੇ। ਇਹਨਾਂ ਦਾ ਨਹੀਂ ਮਰਿਆ, ਸਾਡਾ ਮਰਿਆ, ਇਹ ਕਰ ਸਕਦੇ ਹਾਂ ਅਸੀਂ। ਮੇਰਾ ਨਾਮ ਹਰਪਾਲ ਸਿੰਘ ਜੀ। ਜੀ ਅੱਜ ਧਰਨਾ ਜਿਹੜਾ ਲਗਾਇਆ ਗਿਆ ਸੀ, 5 ਮੈਂਬਰੀ ਕਮੇਟੀ ਬਣਾਈ ਹੈ, ਸ਼ਾਮ ਨੂੰ ਜਿਹੜਾ ਸੰਗਰੂਰ ਡੀ ਸੀ ਆਫਿਸ ਮੀਟਿੰਗ ਹੋਈ ਸੀ, ਕੀ ਜਿਹੜੀ ਕਿਹੜੀ ਜਿਹੜੇ ਮੁੱਦਿਆਂ 'ਤੇ ਗੱਲਬਾਤ ਹੋਈ ਹੈ ਅਤੇ ਕਿਹੜਾ ਜਿਹੜਾ ਫੈਸਲਾ ਜਿਹੜਾ ਲਿਆ? ਸਹਿਮਤੀ ਬਣੀ ਹੈ ਸਰ? ਦੇਖੋ ਸਾਡਾ ਜੋ ਮੁੱਦਾ ਸੀਗਾ ਉਹ ਸਾਰਿਆਂ ਦੇ ਸਾਹਮਣੇ ਹੈ, ਸਾਰੇ ਜਾਣਦੇ ਨੇ ਕਿ ਸਾਡੇ ਇੱਕ ਨੌਜਵਾਨ ਸਾਥੀ ਦੀ ਮੌਤ ਹੋਈ ਹੈ ਅਤੇ ਇਸ ਪੈਡੀ ਸੀਜ਼ਨ ਦਾ ਲਗਭਗ ਇਹ 20 ਤੋਂ 22 ਜਿਹੜੇ ਕਰੀਬ ਸਾਡੇ ਜਿਹੜੇ ਸਾਥੀ ਨੇ ਉਹ ਸਾਡੇ ਤੋਂ ਵਿਛੜ ਗਏ ਨੇ, ਚਾਹੇ ਉਹ ਸਾਡੇ ਰੈਗੂਲਰ ਕੰਮ ਹੀ ਚਾਹੇ ਸਾਡੇ ਉਹ CHP ਦੇ ਕੰਮ ਸੀਗੇ। ਸੋ ਇਸ ਕਰਕੇ ਜਿਹੜੇ ਬਿਜਲੀ ਮੁਲਾਜ਼ਮਾਂ ਦੇ ਮਨਾਂ 'ਚ ਬਹੁਤ ਰੋਸ ਹੈ, ਕਿਉਂਕਿ ਜੋ ਪ੍ਰਬੰਧ ਹੈ ਉਹ ਨਾਕਾਫੀ ਨੇ, ਜਿਸ ਕਰਕੇ ਸਾਡੇ ਜਿਹੜੇ ਸਾਥੀ ਨੇ ਉਹ ਵਾਰ ਵਾਰ ਇਸ ਭਰੀ ਜਵਾਨੀ ਦੇ ਵਿੱਚ ਉਹਨਾਂ ਨੂੰ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋਣਾ ਪੈਂਦਾ, ਜਿਸ ਕਰਕੇ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਡੀ ਜਿਹੜੀ ਮੈਨੇਜਮੈਂਟ ਹੈ, ਸਰਕਾਰ ਆ, ਉਹਨਾਂ ਕੋਲ ਮੰਗ ਰੱਖੀ ਹੋਈ ਸੀ ਕਿ ਜਿਹੜੇ ਸਾਡੇ ਸਾਥੀ ਸ਼ਹੀਦ ਹੁੰਦੇ ਨੇ ਉਹਨਾਂ ਨੂੰ, ਜਿਹੜੇ ਸਾਡੇ ਸਾਥੀ ਲਾਈਨ 'ਤੇ ਕੰਮ ਕਰਦੇ ਹੋਏ ਜਿਹਨਾਂ ਦੀ ਮੌਤ ਹੁੰਦੀ ਹੈ, ਉਹਨਾਂ ਨੂੰ ਸਿਕਿਉਰਿਟੀ ਸੁਰੱਖਿਆ ਫੋਰਸਾਂ ਦੀ ਤਰਜ਼ 'ਤੇ 1 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ ਅਤੇ ਉਹਨਾਂ ਨੂੰ ਸ਼ਹੀਦ ਦਾ ਜਿਹੜਾ ਦਰਜਾ ਦਿੱਤਾ ਜਾਵੇ। ਇਸੇ ਮੰਗ ਨੂੰ ਲੈ ਕੇ ਜਿਹੜੀ ਅੱਜ ਸਾਡੀ ਜਿਹੜੀ ਇੱਥੇ ਰੋਸ ਪ੍ਰਦਰਸ਼ਨ ਸੀਗਾ, ਅਤੇ ਇਸ ਵਿਸ਼ੇ ਸੰਬੰਧੀ ਮਾਣਯੋਗ ਡਿਪਟੀ ਕਮਿਸ਼ਨਰ ਸੰਗਰੂਰ ਨੇ ਸਾਨੂੰ ਮੀਟਿੰਗ ਲਈ ਸੱਦਿਆ ਸੀਗਾ, ਅਤੇ ਉੱਥੇ ਉਹਨਾਂ ਨੇ ਕਿਹਾ ਕਿ ਸਵੇਰੇ ਵੱਡੇ ਅਧਿਕਾਰੀ ਆ ਕੇ ਇੱਥੇ ਉਹ ਐਲਾਨ ਕਰਕੇ ਜਾਣਗੇ ਅਤੇ ਕੱਲ੍ਹ ਨੂੰ ਬੋਰਡ ਆਫ ਡਾਇਰੈਕਟਰ ਦੀ ਸਾਡੀ ਮੀਟਿੰਗ ਹੈ ਅਤੇ ਉਹਦੇ 'ਚ ਇਸ ਸੰਬੰਧੀ ਜਿਹੜਾ ਏਜੰਡਾ ਉਹ ਲਾਇਆ ਜਾਵੇਗਾ। ਅਸੀਂ ਕਹਿ ਸਕਦੇ ਹਾਂ ਕਿਉਂਕਿ ਸ਼ੁਰੂਆਤ ਪਹਿਲਾਂ ਨਹੀਂ ਹੋਈ, ਮੁਲਾਜ਼ਮ ਕੰਮ ਕਰਦਾ ਸੀ, ਕੋਈ ਨਹੀਂ ਮੁਆਵਜ਼ਾ ਸੀ, ਤਾਂ ਲੱਗਦਾ ਇੱਕ ਵੱਡਾ ਅਸੀਂ ਕਹਿ ਸਕਦੇ ਸਰਕਾਰ ਫੈਸਲਾ ਵੀ ਲੈ ਸਕਦੀ ਸੀ। ਦੇਖੋ ਮੁਆਵਜ਼ਾ ਐਕਸਕ੍ਰੀਸ਼ਨ ਤਾਂ ਸਾਡੇ ਸਾਥੀ ਨੂੰ ਮਿਲਦਾ ਸੀਗਾ, ਪਰੰਤੂ ਜਿਹੜੀ ਸਾਡੀ ਮੰਗ ਸੀ ਵੀ ਕਿਉਂਕਿ ਸੁਰੱਖਿਆ ਫੋਰਸਾਂ ਨੂੰ ਵੀ ਅਸੀਂ ਤਰਜ ਦਿੰਦੇ ਹਾਂ ਵੀ ਉਹ ਲੋਕਾਂ ਦੀ ਸੇਵਾ ਕਰਦੇ, ਸਾਡੇ ਸਾਥੀ ਵੀ ਲੋਕਾਂ ਦੀ ਸੇਵਾ ਕਰਦੇ ਆ, ਅੱਜ ਜੋ ਸਥਿਤੀ ਬਣੀ ਆ ਉੱਥੋਂ ਪਤਾ ਲੱਗਦਾ ਵੀ ਸਾਡਾ ਅਦਾਰਾ ਜਿਹੜਾ ਕਿੰਨਾ ਮਹੱਤਵਪੂਰਨ ਅਦਾਰਾ ਹੈ, ਅਤੇ ਇਸ ਮਹੱਤਵਪੂਰਨ ਅਦਾਰੇ ਦੀਆਂ ਜੇ ਇੰਨੀਆਂ ਮਹੱਤਵਪੂਰਨ ਮੰਗ, ਦੇਖੋ ਜਾਨ ਤੋਂ ਜ਼ਰੂਰੀ ਕੁਛ ਨਹੀਂ ਹੈਗਾ ਦੁਨੀਆਂ 'ਤੇ,
ਜੇ ਅਸੀਂ ਉਸ ਵਿਸ਼ੇ 'ਤੇ ਵੀ ਜਿਹੜੀ ਅਸੀਂ ਸੰਜੀਦਗੀ ਨਹੀਂ ਦਿਖਾਵਾਂਗੇ ਜੋ ਪਿਛਲੇ ਸਮੇਂ 'ਚ ਮੈਨੇਜਮੈਂਟ ਵੱਲੋਂ ਨਹੀਂ ਦਿਖਾਈ ਗਈ ਤਾਂ ਸਾਡੇ ਜਿਹੜੇ ਸਾਥੀ ਨੇ ਉਹ ਲਗਾਤਾਰ ਜਿਹੜੇ ਨੇ ਉਹ ਹਾਦਸਿਆਂ ਦਾ ਸ਼ਿਕਾਰ ਹੋ ਕੇ ਉਹਨਾਂ ਦਾ ਜਿਹੜਾ ਜਾਨੀ ਨੁਕਸਾਨ ਹੋ ਰਿਹਾ ਇਸੇ ਕਰਕੇ ਜਿਹੜਾ ਅਸੀਂ ਅੱਜ ਇਹ ਵੱਡਾ ਕਦਮ ਲਿਆ ਸੀਗਾ ਅਤੇ ਸਾਨੂੰ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਕੱਲ੍ਹ ਦੀ BOD ਦੇ ਵਿੱਚ ਇਹਦਾ ਜਿਹੜਾ ਏਜੰਡਾ ਲਾਇਆ ਜਾਵੇਗਾ ਅਤੇ ਕੱਲ੍ਹ ਨੂੰ ਵੱਡੇ ਅਧਿਕਾਰੀ ਆ ਕੇ ਇੱਥੇ ਜਿਹੜਾ ਉਹ ਭਰੋਸਾ ਵੀ ਦੇ ਕੇ ਗਏ ਸਵੇਰ ਦਾ ਜਾਮ ਕਰ ਰੱਖਿਆ ਸੀ ਹੁਣ ਕੀ ਸਹਿਮਤੀ ਬਣੀ ਖਾਲੀ ਕੀਤਾ ਰੋਡ ਆ ਕਿ ਦੇਖੋ ਜੀ ਸਾਡੀ ਜੋ ਉਹਨਾਂ ਨਾਲ ਸਹਿਮਤੀ ਬਣੀ ਸੀ ਕਿ ਵੀ ਇੱਕ ਪਾਸੇ ਦੀ ਟ੍ਰੈਫਿਕ ਅਸੀਂ ਅਲਾਓ ਕਰਾਂਗੇ ਅਤੇ ਉਹ ਟ੍ਰੈਫਿਕ ਚੱਲ ਰਹੀ ਆ ਟ੍ਰੈਫਿਕ ਜਾ ਨਾ ਸਾਡੇ ਲੋਕਾਂ ਨੂੰ ਕੋਈ ਪਰੇਸ਼ਾਨ ਕਰਨ ਦਾ ਪਹਿਲਾਂ ਇਰਾਦਾ ਸੀਗਾ ਨਾ ਹੁਣ ਇਰਾਦਾ ਸਾਡੀ ਸੀਗੀ ਵੀ ਸਾਡੀ ਜਿਹੜੀ ਮੰਗ ਦੀ ਆ ਉਹ ਸਵੇਰ ਤੋਂ ਪ੍ਰਸ਼ਾਸਨ ਨੇ ਜਿਹੜੀ ਸਾਡੀ ਸਹੀ ਤਰੀਕੇ ਨਾਲ ਸੁਣਵਾਈ ਨਹੀਂ ਕੀਤੀ ਜੋ ਗੱਲਬਾਤ ਪਹਿਲਾਂ ਹੋਈ ਹੁੰਦੀ ਤਾਂ ਸ਼ਾਇਦ ਇਹਦਾ ਰਾਹ ਪਹਿਲਾਂ ਖੁੱਲ੍ਹ ਸਕਦਾ ਸੀ ਅਸੀਂ ਤਸਵੀਰ ਦੇਖ ਰਹੇ ਸੀ ਸ਼ਹਿਰਵਾਸੀ ਅਤੇ ਆਪਸੀ ਜਿਹੜੀ ਆਪਸੀ ਲੜਾਈ ਦੀ ਵੀ ਮਾਹੌਲ ਬਣਿਆ ਤਾਂ ਕੀ ਕਾਰਨ ਕੀ ਸੀ ਬਿਜਲੀ ਦਾ ਕੀ ਉੱਪਰੋਂ ਕਾਰਨ ਤਾਂ ਦੇਖੋ ਸਰ ਇਹ ਸੀਗਾ ਵੀ ਬਿਜਲੀ ਸਪਲਾਈ ਬੰਦ ਨਹੀਂ ਕੀਤੀ ਗਈ ਹਾਂ ਜੇ ਕੋਈ ਫਾਲਟ ਪੈ ਗਿਆ ਤਾਂ ਉਹ ਫਾਲਟ ਦੀ ਜਿਹੜੀ ਉਹ ਸੀ ਕਿਉਂਕਿ ਸਾਡਾ ਫੈਸਲਾ ਹੀ ਜਥੇਬੰਦਕ ਫੈਸਲਾ ਕਿਉਂਕਿ ਸਾਡੇ ਜਿਹੜੇ ਸਾਥੀ ਨੇ ਉਹਨਾਂ ਦੀ ਸੁਣਵਾਈ ਪਿਛਲੇ ਲੰਮੇ ਸਮੇਂ ਤੋਂ ਨਹੀਂ ਹੋ ਰਹੀ ਦੇਖੋ ਮੈਂ ਪਹਿਲਾਂ ਵੀ ਕਿਹਾ ਵੀ ਜਾਣ ਤੋਂ ਜ਼ਰੂਰੀ ਕੋਈ ਚੀਜ਼ ਨਹੀਂ ਸਾਡੇ ਇਸ ਡੇਢ ਮਹੀਨੇ ਦੌਰਾਨ ਲਗਭਗ 20 ਤੋਂ 22 ਸਾਥੀ ਸਾਡੇ ਜਿਹੜੇ ਨੇ ਉਹ ਜਾਣ ਤੋਂ ਹੱਥ ਹੋ ਗਏ ਕਈਆਂ ਦੇ ਬਹੁਤ ਗੰਭੀਰ ਹਾਦਸੇ ਹੋ ਚੁੱਕੇ ਨੇ ਪਰੰਤੂ ਸਾਡੀ ਇਸ ਮੰਗ ਵੱਲ ਕੋਈ ਸੁਣਵਾਈ ਨਹੀਂ ਹੋ ਰਹੀ ਸੀਗੀ ਸੋ ਇਸ ਕਰਕੇ ਸਾਡਾ ਇਹ ਫੈਸਲਾ ਸੀਗਾ ਅਤੇ ਇੱਥੋਂ ਇਹ ਵੀ ਗੱਲ ਸਾਬਤ ਹੁੰਦੀ ਹੈ ਕਿ ਪ੍ਰਸ਼ਾਸਨ ਨੇ ਸ਼ਾਇਦ ਸਾਡਾ ਦਬਾਅ ਇਸੇ ਕਰਕੇ ਮੰਨਿਆ ਸੀਗਾ ਕਿਉਂਕਿ ਸਾਡਾ ਜਿਹੜਾ ਅਦਾਰਾ ਬੜਾ ਮਹੱਤਵਪੂਰਨ ਅਦਾਰਾ ਹੈ ਬਿਜਲੀ ਅੱਜ ਦੇ ਸਮੇਂ 'ਚ ਕਿੱਡੀ ਵੱਡੀ ਜ਼ਰੂਰਤ ਹੈ ਉਹ ਆਪਣੇ ਸਾਰਿਆਂ ਦੇ ਸਾਹਮਣੇ ਹੀ ਹੈ ਅਸੀਂ ਕਹਿ ਸਕਦੇ ਹਾਂ ਸਰ ਮੁਲਾਜ਼ਮ ਹੈ ਜਿਹੜਾ ਮੌਤ ਨਾਲ ਖੇਡਦਾ ਤਾਂ ਕੋਈ ਸੈਲਫੀ ਅਸੀਂ ਕਹਿ ਸਕਦੇ ਹਾਂ ਸੈਲਫੀ ਦੇ ਲਈ ਕੋਈ ਕਿੱਟ ਵਗੈਰਾ ਨਹੀਂ ਦਿੱਤੀ ਜਾਂਦੀ ਮੁਲਾਜ਼ਮਾਂ ਨੂੰ ਜਾਂ ਫਿਰ ਕਿੱਦਾਂ ਸੇਫਟੀ ਕਿੱਟਾਂ ਦੇਖੋ ਪ੍ਰਸ਼ਾਸਨ ਤਾਂ ਕਹਿੰਦਾ ਵੀ ਮਹੀਆਂ ਕਰਾਈ ਜਾਂਦੀਆਂ ਨੇ ਪਰ ਸਾਡੇ ਸਾਰੇ ਸਾਥੀਆਂ ਕੋਲ ਮੁਕੰਮਲ ਰੂਪ 'ਚੋਂ ਨਹੀਂ ਪਹੁੰਚਦੀਆਂ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਲੈਪਸ ਹੈ ਦੂਸਰਾ ਬਹੁਤ ਵੱਡਾ ਕਾਰਨ ਹੈ ਹਾਦਸਿਆਂ ਦਾ ਕਿ ਜਿਹੜੇ ਸਾਡੇ ਸਾਥੀ ਨੇ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਕੰਮ ਦੇ ਮੁਕਾਬਲੇ ਬਹੁਤ ਥੋੜ੍ਹੀ ਹੈ ਹੁਣ ਅੱਜ ਦੀ ਡੇਟ 'ਚ ਕਨੈਕਸ਼ਨ ਵਧੀ ਜਾਂਦੇ ਨੇ ਫੀਡਰ ਵਧੀ ਜਾਂਦੇ ਨੇ ਸਪਲਾਈ ਦਾ ਲੋਡ ਵਧੀ ਜਾਂਦਾ ਲਗਾਤਾਰ ਪਰ ਜਿਹੜੇ ਸਾਡੇ ਵੱਡੇ ਪੱਧਰ 'ਤੇ ਅਸਾਮੀਆਂ ਨੇ ਉਹ ਖਾਲੀ ਪਈਆਂ ਨੇ ਜਿਸ ਕਰਕੇ ਬਹੁਤ ਥੋੜ੍ਹੇ ਸਾਥੀ ਨੇ ਜਈਆਂ ਕੋਲ ਮਲਟੀਪਲ ਬਹੁਤ ਜ਼ਿਆਦਾ ਫੀਡਰ ਨੇ ਅਤੇ ਅੱਗੇ ਉਹਨਾਂ ਕੋਲ ਸਿਰਫ 2-2, 3-3 ਕਰਮਚਾਰੀ ਨੇ ਜਿਸ ਕਰਕੇ ਸਪਲਾਈ ਬਹਾਲ ਕਰਨ ਦਾ ਦਬਾਅ ਹੁੰਦਾ ਕਈ ਵਾਰ ਦਬਾਅ ਹੇਠ ਵੀ ਸਾਥੀ ਤੋਂ ਗਲਤੀ ਹੋ ਜਾਂਦੀ ਹੈ ਜਿਸ ਕਰਕੇ ਜੋ ਅੱਜ ਮਾਹੌਲ ਹੋਇਆ ਕੀ ਲੱਗਦਾ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੇਣ ਜਾਂ ਕਿਉਂਕਿ ਬਿਜਲੀ ਵਾਲਾ ਡਿਪਾਰਟਮੈਂਟ ਦੇ ਵਿੱਚ ਰਾਤ ਨੂੰ ਵੀ ਜਿਹੜੇ ਉਹ ਕੰਮ ਕਰਦੇ ਨੇ ਲੋਕਾਂ ਦੇ ਲਈ ਦੇਖੋ ਸਹਿਯੋਗ ਦੀ ਆਸਥਾ ਸੀ ਉਹਨਾਂ ਤੋਂ ਰੱਖਦੇ ਸੀ ਕਿਉਂਕਿ ਸਾਡੇ ਸਾਥੀ ਦੇਖੋ ਮੈਂ ਪਹਿਲਾਂ ਕਿਹਾ ਵੀ ਜਾਨ ਨਾਲ ਖੇਡ ਕੇ ਜਿਹੜਾ ਉਹ ਇਸ ਸਿਸਟਮ ਨੂੰ ਚਲਾਉਂਦੇ ਨੇ ਤੁਹਾਡੇ ਸਾਹਮਣੇ ਸਾਡੇ ਇੱਕ ਸਾਥੀ ਜਿਹੜਾ ਸ਼ਹੀਦ ਹੋਇਆ ਪਿਆ ਠੀਕ ਹੈ ਨਾ ਸੋ ਇਸ ਕਰਕੇ ਅਸੀਂ ਸਹਿਯੋਗ ਦੀ ਆਸ ਕਰਦੇ ਸੀਗੇ ਪਰੰਤੂ ਲੋਕ ਵੀ ਉਹ ਕਿਸੇ ਨਾ ਕਿਸੇ ਹੱਦ ਤੱਕ ਇਸ ਕਰਕੇ ਜਾਏ ਸੀ ਕਿਉਂਕਿ ਬੱਚਿਆਂ ਨੂੰ ਇਹ ਜਿਹੜੀ ਉਹ ਗਰਮੀ ਕਾਰਨ ਪਰੇਸ਼ਾਨੀ ਹੁੰਦੀ ਹੈ ਪਰੰਤੂ ਫਿਰ ਵੀ ਅਸੀਂ ਕਿਸੇ ਤਰ੍ਹਾਂ ਦਾ ਟਕਰਾਅ ਚਾਹੁੰਦੇ ਨਹੀਂ ਸੀਗੇ ਸਪਲਾਈ ਸਾਰੇ ਸ਼ਹਿਰ ਦੀ ਬਹਾਲ ਕਰ ਦਿੱਤੀ ਗਈ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਸ਼ਹਿਰ ਵਾਸੀ ਨੇ ਉਹ ਸਾਡੀ ਇਸ ਜਿਹੜੀ ਮੁਹਿੰਮ ਹੈ ਉਹਨੂੰ ਸਮਰਥਨ ਦੇਣਗੇ ਕਿਉਂਕਿ ਸਾਡਾ ਜਿਹੜਾ ਇਹਦੇ ਪਿੱਛੇ ਮਕਸਦ ਹੈ ਉਹ ਬਹੁਤ ਵੱਡਾ ਅਤੇ ਬਹੁਤ ਨੇਕ ਹੈ ਸਾਰੀ ਰਾਤ ਸਰ ਹੁਣ ਧਰਨਾ ਚੱਲੂਗਾ ਸਾਰੀ ਰਾਤ ਸਰ ਹੁਣ ਧਰਨਾ ਚੱਲੂਗਾ ਰੋਡ 'ਤੇ ਜਿੰਨਾ ਚਿਰ ਹੀ ਦੇਖੋ ਸਾਡੇ ਨਾਲ ਜੋ ਕਮਿਟਮੈਂਟ ਹੋਈ ਉਹ ਨਹੀਂ ਪੂਰੀ ਹੁੰਦੀ ਉਹਨਾਂ ਟਾਈਮ ਅਸੀਂ ਇੱਥੇ ਠੀਕ ਹੈ ਧੰਨਵਾਦ